ਕਿਉਂਕਿ ਸਡਨਲੀ ਕਈ ਇਹਨਾਂ ਦਾ ਕਰਫਿਊ ਹੈ ਤਾਂ ਉਹ ਮੈਂ ਦੇਖ ਰਿਹਾ ਥੋੜ੍ਹੀ ਜਿਹੀ ਉਸ 'ਚ ਭੀੜ ਪੜਾਕਾ ਵੱਧ ਰਿਹਾ ਸੀਗਾ, ਸੋ ਸਪਲਾਈ ਲਾਈਨਸ ਬਾਰੇ ਅਸੀਂ ਜਨਰਲ ਪਬਲਿਕ ਨੂੰ ਅਸ਼ੋਰ ਕਰਨਾ ਚਾਹੁੰਦੇ ਹਾਂ ਅਤੇ ਉਹਦੇ ਲਈ ਪ੍ਰਧਾਨ ਮੰਤਰੀ ਜੀ ਨੇ 21 ਦਿਨਾਂ ਦਾ ਕਰਫਿਊ ਅਨਾਊਂਸ ਕੀਤਾ ਹੈ। ਉਸ ਤੋਂ ਬਾਅਦ ਜਦੋਂ ਅੱਜ ਸਾਨੂੰ ਫੀਡਬੈਕ ਸਬ ਡਿਵੀਜ਼ਨਾਂ 'ਚੋਂ ਆ ਰਿਹਾ ਵੀ ਸਵੇਰੇ ਸਵੇਰੇ ਮੰਡੀਆਂ ਦੇ ਵਿੱਚ ਥੋੜ੍ਹਾ ਜਿਹਾ ਰਸ਼ ਵੱਧ ਰਿਹਾ ਅਤੇ ਦਵਾਈਆਂ ਦੀ ਦੁਕਾਨ ਦੇ ਬਾਹਰ ਖਾਸ ਕਰਕੇ ਰਸ਼ ਵੱਧ ਰਿਹਾ ਅਤੇ ਇਸ ਦੇ ਲਈ ਮੈਂ ਇਹ ਸਾਰੇ ਨਿਵਾਸੀਆਂ ਨੂੰ ਇਹ ਅਸ਼ੋਰ ਕਰਦਾ ਵੀ ਕਿਸੇ ਵੀ ਬੇਸਿਕ ਆਈਟਮ ਦੀ ਭਾਵੇਂ ਉਹ ਰਾਸ਼ਨ ਦੀ ਸਮੱਗਰੀ ਹੋਵੇ ਭਾਵੇਂ ਉਹ ਦਵਾਈਆਂ ਦੀ ਸਪਲਾਈ ਹੋਵੇ ਉਸ ਦੇ ਵਿੱਚ ਕੋਈ ਵੀ ਕਮੀ ਨਹੀਂ ਆਣ ਦਿੱਤੀ ਜਾਊਗੀ। ਅੱਜ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ 100 ਟਰੈਕਟਰ ਟਰਾਲੀ ਰਾਸ਼ਨ ਦੇ ਭਰ ਕੇ ਸਪਲਾਈ ਫਲੈਗ ਆਫ ਕਰਾਂਗੇ ਹਰੇਕ ਸਬ ਡਿਵੀਜ਼ਨ ਤੋਂ ਅਤੇ 25 ਗੱਡੀਆਂ ਜਿਹੜੇ ਦੇ ਵਿੱਚ ਸਿਰਫ ਦਵਾਈਆਂ ਭਰੀਆਂ ਹੋਣਗੀਆਂ ਉਹ ਇਕੱਲਾ ਜ਼ਿਲ੍ਹਾ ਸੰਗਰੂਰ ਦੇ ਹੈੱਡਕੁਆਟਰ 'ਤੇ ਨਹੀਂ ਸਾਰੇ ਸਬ ਡਿਵੀਜ਼ਨ ਮੈਜਿਸਟਰੇਟਸ ਨੂੰ ਹਦਾਇਤ ਕਰ ਦਿੱਤੀ ਗਈਆਂ ਨੇ ਅਤੇ ਸਾਰੇ BDO ਸਾਹਿਬਾਨਾਂ ਨੂੰ ਵੀ ਕਹਿ ਦਿੱਤਾ ਗਿਆ ਵੀ ਉਹ ਆਪਣੇ ਪੇਂਡੂ ਇਲਾਕੇ ਦੇ ਵਿੱਚ ਵੀ ਇਨਸ਼ੋਰ ਕਰਾਓ। ਇਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਅਸੀਂ ਇਹ ਕਿਹਾ ਹੈ ਵੀ ਤੁਸੀਂ ਸਾਰੇ SDM ਅਤੇ ਸਾਰੇ ਆਪਣੇ ਜਿੰਨੀ ਜਥੇਬੰਦੀ ਹੈ ਉਹ ਸੰਪਰਕ ਕਰ ਸਕਦੀ ਹੈ। ਜਿਹੜੀ ਵੀ ਕਰਿਆਣਾ ਐਸੋਸੀਏਸ਼ਨ ਆਪਣੇ ਲੋਕਲ SDMs ਨੂੰ ਉਹਨਾਂ ਨੂੰ ਅਸੀਂ ਅਖਤਿਆਰ ਦੇ ਦਿੱਤੇ ਗਏ ਹੈ ਵੀ ਕੰਟਰੋਲਡ ਨੰਬਰ ਦੇ ਵਿੱਚ ਜਿੰਨੇ ਵੀ ਤੁਹਾਨੂੰ ਲੱਗੇ ਸਫੀਸ਼ੀਐਂਟ ਕੁਆਂਟਿਟੀ ਆਪਾਂ ਪੂਰੇ ਸ਼ਹਿਰ ਪੂਰੇ ਸੰਗਰੂਰ ਜ਼ਿਲ੍ਹੇ ਦੀ 16 ਲੱਖ ਆਬਾਦੀ ਨੂੰ ਕਵਰ ਕਰ ਸਕਦੇ ਹਾਂ ਉਹ ਵਹੀਕਲਸ ਨੂੰ ਬੁਲਾ ਕੇ ਉਹਨਾਂ ਨੂੰ ਕਰਫਿਊ ਪਾਸ ਇਸ਼ੂ ਕਰ ਦਿਓ ਤਾਂ ਕਿ ਉਹ ਡੋਰ ਟੂ ਡੋਰ ਡਿਲੀਵਰੀ ਕਰ ਦੇਵੇ। ਕਈ ਮੈਂ ਦੇਖ ਰਿਹਾ ਕਿ ਸਿੱਧਾ ਹੀ ਸਾਰੇ ਕਈ ਥਾਵਾਂ 'ਤੇ ਮੈਨੂੰ ਫੋਰਵਰਡ ਆਏ ਕਿ ਇਨ ਜਨਰਲੀ ਸਾਰੇ ਨੰਬਰ ਕੈਮਿਸਟ ਐਸੋਸੀਏਸ਼ਨ ਦੇ ਸਰਕੂਲੇਟ ਕਰ ਦਿੱਤੇ ਗਏ ਕੋਈ ਵੀ ਜਾ ਕੇ ਕਰੇ। ਇਸ ਦੇ ਵਿੱਚ ਆਪਾਂ ਜਿਹੜੇ ਪ੍ਰੀਕੋਸ਼ਨਰੀ ਮੈਜਰ ਲੈਣੇ ਨੇ ਉਹਦੇ ਵਿੱਚ ਤਕਲੀਫ ਹੋ ਸਕਦੀ ਹੈ, ਇਸ ਕਰਕੇ ਅਸੀਂ ਆਹ ਮੈਥਡ ਅਡੋਪਟ ਕੀਤਾ। ਪਰ ਅਸੀਂ SDMs 'ਤੇ ਛੱਡਿਆ, ਕਰਿਆਣਾ ਐਸੋਸੀਏਸ਼ਨ ਮੈਡੀਕਲ ਕੈਮਿਸਟ ਐਸੋਸੀਏਸ਼ਨ ਸਿੱਧਾ ਉਹਨਾਂ ਦੇ ਨਾਲ ਗੱਲ ਕਰੇ ਅਤੇ ਕੋਈ ਵੀ ਨੰਬਰ ਦੇ ਵਿੱਚ ਉਹਨਾਂ ਨੂੰ ਆਪਣੇ ਟਰੱਕ ਚਲਾਉਣੇ ਵੀ ਵਿਲ ਅਸੀਂ ਕਰਫਿਊ ਪਾਸ ਇਸ਼ੂ ਕਰ ਦਾਂਗੇ। ਅਸੀਂ ਹੁਣ ਡੈਡੀਕੇਟਿਡ ਹੈਲਪਲਾਈਨ ਨੰਬਰ ਤੁਸੀਂ ਸਾਰੇ ਇਹਦੇ ਵਿੱਚ ਨੋਟ ਕਰ ਲਓ, ਜਨਰਲ ਹੈਲਪਲਾਈਨ ਨੰਬਰ ਪਹਿਲਾਂ ਵੀ ਅਸੀਂ DC ਆਫਿਸ ਦਾ ਕੰਟਰੋਲ ਨੰਬਰ ਸਰਕੂਲੇਟ ਕੀਤਾ ਸੀਗਾ 0-16-72-232-304। ਇਹ ਕੋਈ ਵੀ ਇਸ ਮਹਾਂਮਾਰੀ ਬਾਰੇ ਜਨਰਲ ਜਾਣਕਾਰੀ ਦਵਾਈਆਂ ਕਿਸੇ ਵਿਸ਼ੇ ਬਾਰੇ ਵੀ ਇਸ 'ਤੇ ਸੰਪਰਕ ਕਰ ਸਕਦੇ ਹੋ। ਕਰਫਿਊ ਨੂੰ ਲੈ ਕੇ ਕਿਸੇ ਨੇ ਪਾਸ ਬਣਾਉਣਾ ਹੈ, ਜੇਕਰ ਉਹ ਐਗਜ਼ੈਂਪਟਿਡ ਕੈਟੇਗਰੀ ਦੇ ਵਿੱਚ ਫਾਲ ਕਰਦਾ ਹੈ, ਐਗਜ਼ੈਂਪਟਿਡ ਕੈਟੇਗਰੀ, ਤਾਂ ਕਰਫਿਊ ਲਈ ਡੈਡੀਕੇਟਿਡ ਹੈਲਪਲਾਈਨ ਹੈ। ਕਰਫਿਊ ਸੰਬੰਧੀ ਕਿਸੇ ਨੇ ਪਾਸ ਬਣਾਉਣਾ ਜਾਂ ਕਿਸੇ ਨੂੰ ਕੋਈ ਦਿੱਕਤ ਆ ਰਹੀ ਹੈ 98-151-85-93-9815-18519 ਇਹ ਡੈਡੀਕੇਟਿਡ ਕਰਫਿਊ ਹੈਲਪਲਾਈਨ ਨੰਬਰ ਹੈ ਜੀ। ਜੇਕਰ ਪੂਰੇ ਜ਼ਿਲ੍ਹੇ ਦੇ ਵਿੱਚ ਕਿਸੇ ਨੂੰ ਰਾਸ਼ਨ ਸੰਬੰਧੀ ਦਿੱਕਤ ਆ ਰਹੀ ਹੈ ਉਹਦਾ ਨੰਬਰ ਹੈਗੀ ਡੈਡੀਕੇਟਿਡ ਹੈਲਪਲਾਈਨ 0-16-72-234-188। ਪੂਰੇ ਜ਼ਿਲ੍ਹੇ ਦੇ ਵਿੱਚ ਕਿਸੇ ਨੂੰ ਵੀ ਦਿੱਕਤ ਆ ਰਹੀ ਹੈ ਅਸੀਂ ਸਬ ਡਿਵੀਜ਼ਨਲ ਹੈਲਪਲਾਈਨਸ ਦੇ ਵੀ ਨੰਬਰ ਤੁਹਾਡੇ ਨਾਲ ਵੱਖਰੇ ਤੌਰ 'ਤੇ ਕਰ ਰਹੇ ਹਾਂ। ਸਾਰੇ SDMs ਨੂੰ ਵੀ ਹਦਾਇਤ ਵੀ ਇਸ ਟਾਈਪ ਦੀ ਹੈਲਪਲਾਈਨ ਹਰੇਕ ਸਬ ਡਿਵੀਜ਼ਨ ਦੇ ਵਿੱਚ ਵੀ ਜਾਰੀ ਕੀਤੀਆਂ ਜਾਣ। ਦਵਾਈ ਦੀ ਕਿਸੇ ਨੂੰ ਵੀ ਕੋਈ ਕਮੀ ਹੈ ਆਹ ਹੈਲਪਲਾਈਨ ਨੰਬਰ ਨੋਟ ਕਰੋ ਜੀ 78-145-93-231 7-8-1-4-5-9-3-2-3-1 ਇਹ ਡੈਡੀਕੇਟਿਡ ਹੈਲਪਲਾਈਨ ਹੈ ਕਿਸੇ ਨੂੰ ਵੀ ਐਮਰਜੈਂਸੀ ਦੇ ਵਿੱਚ ਲੋੜ ਹੈ। ਅਸੀਂ ਹੁਣ ਅੱਜ ਹੀ 25 ਗੱਡੀਆਂ ਦਵਾਈਆਂ ਦੀ ਭਰ ਕੇ ਪੂਰੇ ਜ਼ਿਲ੍ਹੇ ਦੇ ਵਿੱਚ ਤੋਰਾਂਗੇ। ਜਿਹੜੀ ਵੀ ਸਮਾਜਿਕ ਜਿਹੜੀ ਕੈਮਿਸਟ ਐਸੋਸੀਏਸ਼ਨ ਹੈ
ਹੋਰ ਉਹ ਕਹਿਚਾਣਾ ਚਾਹੁੰਦੀਆਂ ਵੀ ਹੋਰ 5 ਦੀ ਨਹੀਂ ਜੀ 10 ਦੀ ਲੋੜ ਹੈ, ਆਪਣੇ ਸੰਬੰਧਿਤ SDM ਨਾਲ ਸੰਪਰਕ ਕਰਕੇ ਕਰਫਿਊ ਪਾਸ ਜਾਰੀ ਕਰਾ ਲਓ। ਬਟ ਮੇਰੀ ਸਿਰਫ ਇੰਨੀ ਹੱਥ ਜੋੜ ਕੇ ਬੇਨਤੀ ਹੈ, ਜਿੰਨੇ ਜ਼ਿਆਦਾ ਕਰਫਿਊ ਪਾਸ ਇਸ਼ੂ ਹੋਣਗੇ ਉਹ ਉਨੇ ਹੀ ਜ਼ਿਆਦਾ ਫਿਰ ਸਮੱਸਿਆ ਦੇ ਦਾ ਫਾਇਦਾ ਨਹੀਂ ਹੋਣਾ ਲੋਕਡਾਊਨ ਦਾ। ਆਪਾਂ ਇੰਨੇ ਇਨਸ਼ੋਰ ਕਰੀਏ ਵੀ ਕਿਸੇ ਨੂੰ ਦਵਾਈ ਦੀ ਕਮੀ ਵੀ ਨਾ ਹੋਵੇ, ਅਤੇ ਆਪਾਂ ਇਹ ਵੀ ਨਾ ਹੋਵੇ ਵੀ ਲੋਕ ਬਹੁਤ ਜ਼ਿਆਦਾ ਬਾਹਰ ਨਿਕਲ ਰਹੇ। ਇੱਕ ਅਸੀਂ ਜੇਕਰ ਕਿਸੇ ਵੀ ਹੈਲਪਲਾਈਨ 'ਤੇ ਕਾਲ ਕਰਕੇ ਤੁਹਾਡੀ ਪ੍ਰੋਬਲਮ ਦੀ ਸਮੱਸਿਆ ਨਹੀਂ ਹੱਲ ਹੋ ਰਹੀ, ਮੇਰਾ ਆਪਣਾ ਹੀ ਵਟਸਐਪ ਨੰਬਰ ਮੈਂ ਜਾਰੀ ਕਰ ਰਿਹਾ, ਇਹ ਹੈਗਾ 80 549 16 355, 8054916355। ਇਹ ਮੇਰਾ ਹੀ 3-4 ਮਹੀਨੇ ਪੁਰਾਣੇ ਨੰਬਰ ਹੈ। ਹੁਣ ਮੈਂ ਇਸ ਦੇ ਵਿੱਚ ਕਾਲ ਬੰਦ ਕਰਾਂਗਾ, ਸਿਰਫ ਵਟਸਐਪ ਔਨ ਰੱਖਾਂਗਾ, ਕਿਉਂਕਿ ਮੇਰੀ ਹੱਥ ਜੋੜ ਕੇ ਲੋਕਾਂ ਨੂੰ ਆਹ ਬੇਨਤੀ ਹੈ, ਫਲੱਡਡ ਹੋ ਜਾਊਗਾ ਅਤੇ ਅਸੀਂ ਵੀ ਇਹਦੇ ਵਿੱਚ ਕੋਈ ਹੈਲਪ ਨਹੀਂ ਕਰ ਪਾਵਾਂਗੇ। ਜੇਕਰ ਲੋਕ ਕੰਟਰੋਲ ਰੂਮ ਦੇ ਉੱਤੇ ਕਾਲ ਕਰਦੇ ਹੈ ਉਹਨਾਂ ਦੀ ਸਮੱਸਿਆ ਦਾ ਫਿਰ ਵੀ ਹੱਲ ਨਹੀਂ ਹੁੰਦਾ, ਡੈਡੀਕੇਟਡ ਹੈ ਲੋਕਲ ਤੁਹਾਡੇ SDM ਕਿੱਥੇ ਵੀ ਹੱਲ ਨਹੀਂ ਹੋ ਰਿਹਾ, ਇਹਦੇ ਵਿੱਚ ਆਪਣੀ ਸਮੱਸਿਆ ਪੰਜਾਬੀ ਜਾਂ ਅੰਗਰੇਜ਼ੀ ਦੇ ਵਿੱਚ ਟਾਈਪ ਕਰਕੇ ਆਪਣਾ ਨਾਮ ਅਤੇ ਮੋਬਾਈਲ ਨੰਬਰ ਅਤੇ ਐਡਰੈਸ ਮੈਂਸ਼ਨ ਕਰਕੇ ਸਾਨੂੰ ਭੇਜ ਦਿਓ, ਤਾਂ ਕਿ ਮੈਂ ਖੋਲ੍ਹ ਕੇ ਜਾਂ ਮੇਰਾ ਕੋਈ ਵੀ ਡੈਡੀਕੇਟਡ ਆਫਿਸਰ ਖੋਲ੍ਹ ਕੇ ਸੰਬੰਧਿਤ ਆਫਿਸਰ ਨੂੰ ਫੋਰਵਰਡ ਕਰ ਦੇਵੇ ਵੀ ਇਹਨੂੰ ਕਾਲ ਕਰਕੇ ਇਹਦੀ ਸਮੱਸਿਆ ਨੂੰ ਨਜਿੱਠੋ। ਕਿਰਪਿਆ ਕਰਕੇ ਆਪਣਾ ਨਾਮ ਮੋਬਾਈਲ ਨੰਬਰ ਇਸ ਦੇ ਵਿੱਚ ਜ਼ਰੂਰ ਪਾਉਣਾ, ਸਾਡੇ ਲਈ ਸੌਖਾ ਹੋ ਜਾਂਦਾ, ਸਿੱਧਾ ਭੇਜ ਕੇ ਤੁਰੰਤ ਹੱਲ ਕਰਾਉਣਾ। ਇਸ ਤੋਂ ਇਲਾਵਾ ਮੈਂ ਇਹ ਦੱਸਣਾ ਚਾਹ ਰਿਹਾ ਹਾਂ ਲੋਕਾਂ ਨੂੰ ਕਿ ਜਿਹੜੀ ਤੁਹਾਡੀ ਡੇਲੀ ਨੀਡ ਦੀ ਜਿਹੜੀ ਵਸਤੂਆਂ, ਜਿੱਦਾਂ ਦੁੱਧੀਆਂ 'ਤੇ ਅਸੀਂ ਰੋਕ ਨਹੀਂ ਲਗਾਈ ਹੈ, ਸਵੇਰੇ 8 ਵਜੇ ਤੱਕ ਉਹਨਾਂ ਨੂੰ ਸਾਰਾ ਟਾਈਮ ਦਿੱਤਾ ਵੀ ਤੁਸੀਂ ਜਾ ਕੇ ਡੋਰ ਟੂ ਡੋਰ ਘਰ ਡਿਲੀਵਰੀ ਕਰ ਸਕਦੇ ਹੋ। LPG ਦੇ ਸਿਲੰਡਰ ਅਸੀਂ ਕਿਹਾ ਵੀ LPG ਦੇ ਸਿਲੰਡਰ ਤੁਹਾਡੇ ਘਰ ਪਹੁੰਚ ਜਾਣਗੇ, ਜਿੱਥੋਂ ਵੀ ਪਹੁੰਚਦੇ ਡੋਰ ਟੂ ਡੋਰ ਡਿਲੀਵਰੀ 'ਤੇ ਕੋਈ ਰੋਕ ਨਹੀਂ ਹੈ। ਜਿੰਨੇ ਵੀ ਲੋਕਾਂ ਜਿਨ੍ਹਾਂ ਨੇ ਮਵੇਸ਼ੀ ਰੱਖੇ ਹੋਏ ਹੈ ਉਹ ਆਪਣੇ ਮਵੇਸ਼ੀਆਂ ਲਈ ਐਨੀਮਲ ਫੀਡ, ਪੋਲਟਰੀ ਵਾਲਿਆਂ ਲਈ ਪੋਲਟਰੀ ਫੀਡ ਦੀ ਸਪਲਾਈ ਚੇਨ ਨੂੰ ਵੀ ਅਸੀਂ ਆਪਣੇ ਕਰਫਿਊ ਆਰਡਰ ਦੇ ਵਿੱਚ ਐਗਜ਼ੈਂਪਸ਼ਨ ਦੇ ਦਿੱਤੀ ਗਈ ਹੈ, ਅਤੇ ਕਰਫਿਊ ਆਰਡਰ ਦੇ ਸਕਦੇ ਹੋ, ਤਕਰੀਬਨ ਸਾਰੀ ਐਗਜ਼ੈਂਪਸ਼ਨ ਦਿੱਤੀ ਹੋਈ ਹੈ। ਜਿੰਨੇ ਪੈਰੀਸ਼ੇਬਲ ਆਈਟਮਸ ਨੇ, ਸਬਜ਼ੀਆਂ ਨੇ, ਉਹ ਅਸੀਂ ਸਾਰੇ ਸੈਕਰੇਟਰੀ ਮਾਰਕੀਟ ਕਮੇਟੀਜ਼ ਨੂੰ ਕਿਹਾ ਹੈ ਵੀ ਹੋਲਸੇਲ ਮੰਡੀ ਦੇ ਵੀ ਸਵੇਰੇ ਸਬਜ਼ੀਆਂ ਆਉਂਦੀਆਂ ਨੇ, ਅਤੇ ਉੱਥੇ ਸਿਰਫ ਰਿਕਸ਼ੇ ਰੇਹੜੀ ਵਾਲੇ ਪ੍ਰੋਪਰ ਸੈਨੀਟਾਈਜ਼ ਕਰਕੇ ਉਹਨਾਂ ਨੂੰ ਹੀ ਡੋਰ ਟੂ ਡੋਰ ਡਿਲੀਵਰੀ ਦੇ ਲਈ ਕਿਹਾ ਜਾਵੇ, ਲੋਕ ਉੱਥੇ ਨਾ ਆਉਣ। ਲੋਕਾਂ ਅਗਲੇ 21 ਦਿਨਾਂ ਦੇ ਵਿੱਚ ਕਿਸੇ ਵੀ ਬੰਦੇ ਨੂੰ ਬਾਹਰ ਜਾਣ ਦੀ ਆਗਿਆ ਨਹੀਂ ਹੈ, ਐਕਸੈਪਟ ਫੋਰ ਮੈਡੀਕਲ ਐਮਰਜੈਂਸੀ, ਕੋਈ ਕਰਫਿਊ ਪਾਸ ਇਸ਼ੂ ਕਰਾ ਕੇ ਅਸੀਂ ਇਹ। ਇਸ ਤੋਂ ਇਲਾਵਾ ਜਿਹੜੇ, ਕਿਉਂਕਿ ਸਬਜ਼ੀਆਂ ਅਸੀਂ ਵੈਸੇ ਹੀ ਵੈਂਡਰਸ ਨਾਲ ਅਲਾਓ ਕਰ ਦਿੱਤੀ ਹੈ, ਫਿਰ ਵੀ ਮੈਂ ਦੇਖ ਰਿਹਾ ਸਵੇਰੇ ਜਿਹੜੀ ਹੈਗੀ ਕੋਈ ਹੈ, ਤੁਸੀਂ ਇੱਕ ਵਾਰ ਫਰਜ਼ ਕਰੋ, ਕੱਲ੍ਹ ਲੁਧਿਆਣੇ ਦਾ ਇੱਕ ਕੇਸ ਪੋਜ਼ਿਟਿਵ ਆਇਆ, ਜਦੋਂ ਆਇਆ ਕਿਉਂਕਿ ਮੈਂ ਉੱਥੇ ਕੁਛ ਟਾਈਮ ਸਰਵਿਸ ਕੀਤੀ ਹੈ, ਅਤੇ ਅਚਾਨਕ ਹੀ ਜਿੰਨੇ ਮੈਂ ਕੋਈ ਵਟਸਐਪ ਗਰੁੱਪ 'ਤੇ ਉੱਥੇ ਆ, ਹੜਗੰਮ ਮੱਚ ਗਿਆ, ਇਸ ਨੂੰ ਕੌਣ ਮਿਲਿਆ, ਅਤੇ ਪਤਾ ਚੱਲਿਆ ਇੱਕ ਦਿਨ 'ਚ ਇੰਨੇ ਲੋਕ ਉਹਨੂੰ ਮਿਲੇ ਸੀਗੇ। ਫਿਰ ਜਿਹੜੇ ਉਹ 200 ਲੋਕਾਂ ਨਾਲ ਮਿਲੇ ਸੀਗੇ ਉਸ ਟੈਨਸ਼ਨ 'ਚ ਆ ਗਏ, ਅਸੀਂ ਇਹਨਾਂ ਨੂੰ ਮਿਲੇ ਹਾਂ। ਇੰਨਾ ਜ਼ਿਆਦਾ ਸਿੰਗਲ ਕੇਸ ਤੋਂ ਪੈਨਿਕ ਸਪਰੈਡ ਹੋ ਜਾਣਾ, ਬਾਅਦ 'ਚੋਂ ਆਪਣੇ ਤੋਂ ਸਾਹਮਣਾ ਨਹੀਂ ਹੈ। ਕਿਰਪਾ ਕਰਕੇ ਹੱਥ ਜੋੜ ਕੇ ਮੇਰੀ ਸਾਰਿਆਂ ਨੂੰ ਬੇਨਤੀ, ਆਪਣੇ ਆਪਣੇ ਘਰਾਂ ਦੇ ਵਿੱਚ ਰਹੋ, ਅਤੇ 21 ਦਿਨਾਂ ਦਾ ਕਰਫਿਊ ਟੋਟਲ ਤਰੀਕੇ ਨਾਲ ਪ੍ਰਵਾਨ ਕਰੋ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।